ਸੁਖਿੰਦਰ ਸਿੰਘ ਜੀ ਜਿਹੜੇ ਪਿੰਡ ਤੋਂ ਮਛੋੜ ਤੋਂ ਆਏ ਜੀ ਲੈ ਕੇ ਕਿਹੜੀ ਫਸਲ ਲੈ ਕੇ ਆਏ 15-9 ਜੀ ਕਿੰਨੇ ਦਿਨ ਹੋ ਗਏ ਆਏ ਨੂੰ ਅੱਜ ਸਵੇਰੇ ਆਇਆ ਜੀ ਫਰਿੱਜ ਹੋ ਨਹੀਂ ਰਹੀ ਜੀ ਕਹਿੰਦੇ ਹੜਤਾਲ ਕੀਤੀ ਹੋਈ ਹੈ ਮੰਡੀ 'ਚ ਹੋਰ ਵੀ ਫਸਲ ਆ ਜਾਏਗੀ ਜਾਂ ਪਹਿਲੇ ਤੁਸੀਂ ਲੈ ਕੇ ਆਏ ਹੋ ਮੈਂ ਪਹਿਲੀ ਲੈ ਕੇ ਆਇਆ ਜੀ ਰੇਟ ਕੀ ਚੱਲ ਰਿਹਾ ਰੇਟ ਤਾਂ ਕੋਈ ਦੱਸ ਨਹੀਂ ਰਿਹਾ ਜੀ ਬੈਠੇ ਆ ਜੀ ਮਛੜ ਤਾਂ 150 ਕਿਲੋਮੀਟਰ ਤਾਂ 150 ਕਿਲੋਮੀਟਰ ਤੋਂ ਪ੍ਰਾਈਵੇਟ ਖਰੀਦ ਹੈ ਨਹੀਂ ਕੋਈ ਖਰੀਦ ਨਹੀਂ ਰਿਹਾ ਜੀ ਕਾਰਨ ਸੇਲੇ ਪਲਾਂਟਾਂ ਦੀ ਹੜਤਾਲ ਦੱਸਦੇ ਨੇ ਜ਼ਿਮੀਂਦਾਰ ਬਹੁਤ ਪਰੇਸ਼ਾਨ ਹੋ ਰਹੇ ਜੀ ਕਈਆਂ ਦੇ ਖੇਤਾਂ 'ਚ ਖੜੀਆਂ ਜਿਹਨਾਂ ਦੀ ਪੱਕੀ ਬੀਜ ਲੈ ਕੇ ਆਏ ਨੇ ਜੀ ਉਤੋਂ ਮੌਸਮ ਵੀ ਖਰਾਬ ਹੈ ਜੀ ਖੇਤ 'ਚ ਵੀ ਨਹੀਂ ਖੜਾ ਸਕਦਾ ਜ਼ਿਮੀਂਦਾਰ ਸਰਕਾਰ ਵੱਲੋਂ ਇਹ ਜੀ ਜਿਹੜੀਆਂ ਸੇਲੇ ਪਲਾਂਟਾਂ ਦੀਆਂ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਜੀ ਇਹ ਸਿਰਫ ਉਹ ਸਰਕਾਰੀ ਖਰੀਦ ਆਪ ਆਪਣੀ ਖਰੀਦ ਸਟਾਰਟ ਕਰ ਦੇਣਗੇ ਜੀ ਕਿਸਾਨਾਂ ਦਾ ਬਹੁਤ ਨੁਕਸਾਨ ਹੈ ਜੀ ਉੱਪਰੋਂ ਮੌਸਮ ਵੀ ਖਰਾਬ ਹੈ ਪਹਿਲਾਂ ਵੀ ਕਰੋਨਾ ਦੀ ਮਾਰ ਥੱਲੇ ਬਹੁਤ ਮਾਰਚ ਨੇ ਜੀ ਸਰਕਾਰ ਨੂੰ ਇਹੀ ਰਿਕੁਐਸਟ ਹੈ ਜੀ ਵੀ ਜੇ ਸੇਲਾ ਪਲਾਂਟਾਂ ਦੀ ਜੋ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਜੀ ਅਤੇ ਉਹ ਆਪਣੀ ਖਰੀਦ ਸਟਾਰਟ ਕਰ ਦੇਣਗੇ ਹਰਦੀਪ ਸਿੰਘ ਜੀ ਲਾਡਮਨ ਜਾਰਾ ਜੀ ਇਸ ਟਰੈਕ ਬਾਰੇ ਜੀ ਛੇਤੀ ਖੁੱਲ੍ਹਣੀ ਚਾਹੀਦੀ ਹੈ ਜੀਰੀ ਜੂਰੀ ਵਿਕੇ ਹੁਣ ਅਸੀਂ ਪਿਆ ਸਾਰਾ ਕੋਈ ਸੇਲੇ ਪਲਾਂਟ ਵਾਲਿਆਂ ਦੀਆਂ ਮੰਗਾਂ ਮੁੰਗਾਂ ਮੰਨੀਆਂ ਜਾਣ ਜੀ ਬਿਲਕੁਲ ਪਰੇਸ਼ਾਨ ਹੋ ਰਹੇ ਜੀ ਇਹਨਾਂ ਦੀਆਂ ਮੰਗਾਂ ਮੰਗੀਆਂ ਜਾਣ ਤਾਂ ਕਰਕੇ ਜਿਹੜਾ ਖਰੀਦ ਅੱਗੇ ਚੱਲ ਸਕੇ ਕੋਈ ਖਰੀਦ ਨਹੀਂ ਹੋ ਰਹੀ ਜੀ ਬਿਲਕੁਲ ਹਾਂਜੀ ਮੰਡੀ 'ਚ 5-4 ਢੇਰੀਆਂ ਆ ਰਹੀਆਂ ਨੇ ਜੀ ਕੋਈ ਹਜੇ ਪੁੱਛ ਨਹੀਂ ਰਿਹਾ ਕਰੋਨਾ ਕਰਕੇ ਕਿਸਾਨ ਪਹਿਲੀ ਪਰੇਸ਼ਾਨ ਹੈ ਜੀ ਕੁਛ ਹੁਣ ਹੋਰ ਪਰੇਸ਼ਾਨ ਹੋਣ ਲੱਗ ਰਿਹਾ ਜੀ ਧੁੱਪਾਂ 'ਚ ਰੋਣ ਲੱਗ ਰਿਹਾ ਜ਼ਿਮੀਂਦਾਰ ਸਰਕਾਰ ਦਾ ਹੱਕ ਬਣਦਾ ਜੀ ਧਿਆਨ ਦੇਵੇ ਜੀ ਖਰੀਦ ਸ਼ੁਰੂ ਹੋ ਸਕੇ ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ